ਇਹ ਪੋਚੋ ਤੋਂ ਦਵਾਈ ਲੈ ਕੇ ਆ ਰਹੇ ਸੀਗੇ ਬਸ ਇੱਥੇ ਅਚਾਨਕ ਭਾਣਾ ਪੜ ਗਿਆ ਕਿੰਨੇ ਜਣੇ ਦੀ ਇਹਦੇ 'ਚ ਸੱਟਾਂ ਵੱਜੀਆਂ ਨੇ ਕਿੰਨੇ ਜਣੇ ਡੈਥ ਹੋਏ ਇਹ ਅਜੇ ਕਲੀਅਰ ਨਹੀਂ ਹੋਏ ਜੀ ਅਜੇ ਸਾਰੇ ਸੀਰੀਅਸ ਨੇ ਜੀ ਜਿਹੜੇ ਮੁੰਡੇ ਜੱਥੀ ਜਾ ਰਹੀ ਹੈਗੀ ਹੈ ਕਿੰਨੇ ਦਿਨ ਪਹਿਲਾਂ ਵਿਆਹ ਹੋਇਆ ਇਹਦਾ 4 ਕੁ ਦਿਨ ਹੋਇਆ ਜੀ ਕੀ ਨਾਮ ਹੈਗਾ ਜੀ ਇਹਨਾਂ ਦਾ ਜਿਹੜੇ ਜ਼ਿਆਦਾ ਸੀਰੀਅਸ ਹੈਗੇ ਆ ਇਹ ਗੁਰਖਵਾਲ ਸਿੰਘ ਜੋਗਾ ਜੀ ਜਿਹਦਾ ਵਿਆਹ ਹੋਇਆ ਸੀਗਾ बहुत भयानक हादसा होया जी। ये गड्डी ट्रक के पिछों बजी हैगी तो ये एक बच्चे की दो बंदे की मौत हो गई है। बहुत पड़ताल करके सारी असी पुलिस कार्रवाई मौके पर पहुँच गए थे। पुलिस कार्रवाई की जा रही है सर कितों के दसे जा रहे हैं सर? ये मौली मौली कला पैंदा रामगढ़ कोल पिंड उतों का है। गुरकपाल सिंह जी की मौत हुई है तो बाकी हजे दवाई लै के आ रहे थे बस इतने अचानक भाणा पड़ गया। किन्ने जने दी इहदे 'च सट्टां वज्जियां ते किन्ने जने डैथ होई ये अजे क्लीयर नहीं होए जी अजे सारे सीरीअस ने गे ਜਿਹੜੇ ਮੁੰਡੇ ਡੈਥ ਦੱਸੀ ਜਾ ਰਹੀ ਹੈਗੀ ਹੈ ਮੀਨ ਕਿ ਕਿੰਨੇ ਦਿਨ ਪਹਿਲਾਂ ਵਿਆਹ ਹੋਇਆ ਸੀਗਾ ਜੀ? ਇਹਦਾ 4 ਕੁ ਦਿਨ ਹੋਇਆ ਜੀ। ਕੀ ਨਾਮ ਹੈਗਾ ਜੀ ਇਹਨਾਂ ਦਾ ਜਿਹੜੇ ਜ਼ਿਆਦਾ ਸੀਰੀਅਸ ਹੈਗੇ ਆ? ਇਹ ਗੁਰਕਵਾਲ ਸਿੰਘ ਜੋਗਾ ਜੀ ਜਿਹਦਾ ਵਿਆਹ ਹੋਇਆ ਸੀਗਾ। ਬਾਕੀ ਸਾਰੇ ਸੀਰੀਅਸ ਨੇਗੇ। ਦੋ ਇਹਦੀਆਂ ਭਰਜਾਈਆਂ ਨੇਗੀਆਂ, ਇੱਕ ਇਹਦਾ ਰਿਸ਼ਤੇਦਾਰ ਸੀ, ਇੱਕ ਇਹਦੇ ਘਰ ਵਾਲੀ ਸੀਗੀ। ਇਹ ਕਾਰਨ ਕੀ ਬਣਿਆ ਬਾਪੂ ਜੀ? ਭਾਜੀ ਦਵਾਈ ਲੈ ਕੇ ਆ ਰਹੇ ਸੀਗੇ ਭੁੱਚੋ ਹਸਪਤਾਲ ਚੋਂ, ਛੁੱਟੀ ਮਿਲ ਗਈ ਸੀ ਉੱਥੋਂ ਘੰਟੇ ਕੁ ਬਾਅਦ। ਇੱਥੇ ਆ ਗਏ ਅਚਾਨਕ, ਪਤਾ ਨਹੀਂ ਗੱਡੀ ਖੜੀ ਸੀ ਵੀ ਕੀ ਹੋਇਆ ਜਾਂ ਅੱਖ ਲੱਗੀ ਵੀ ਆ ਕੇ ਗੱਡੀ ਨੀਚੇ ਪੜ ਗਈ ਇਹਦੇ। ਕੀ ਨਾਮ ਹੈਗਾ ਤੁਹਾਡਾ ਜੀ? ਮੇਰਾ ਜਸਵਿੰਦਰ ਸਿੰਘ ਹੈ ਜੀ।